ਇੱਕ ਪਾਸੇ ਤਾਂ ਪੂਰੀ ਕੜਕੇ ਦੀ ਸਰਦੀ ਪੈ ਰਹੀ ਹੈ, ਦੂਜੇ ਪਾਸੇ ਰਾਜਨੀਤਿਕ ਮਾਹੌਲ ਨੂੰ ਗਰਮ ਕਰਨ ਲਈ ਰਣਜੀਤ ਸਿੰਘ ਬਿੱਟੂ ਪੂਰੀ ਤਰ੍ਹਾਂ ਸਰਗਰਮ ਹਨ। ਪੂਰੀ ਰਾਜਨੀਤੀ ਭਖਾਈ ਪਈ ਹੈ ਰਣਜੀਤ ਸਿੰਘ ਬਿੱਟੂ ਨੇ, ਜੋ ਕਿ ਸਾਂਸਦ ਲੁਧਿਆਣੇ ਤੋਂ ਨੇ। ਉਹਨਾਂ ਬਾਦਲ ਪਰਿਵਾਰ ਨੂੰ ਲੈਂਦੇ ਆ ਕਿਹਾ ਕਿ ਜਦੋਂ ਅੱਤਵਾਦ ਦੇ ਟਾਈਮ ਵਿੱਚ ਕੋਈ ਬੰਦਾ ਅੱਤਵਾਦੀ ਹੱਥੋਂ ਮਾਰਿਆ ਜਾਂਦਾ ਸੀ, ਬਾਦਲ ਸਾਹਿਬ ਦੇ ਭੋਗ ਤੇ ਜਾ ਕੇ ਉਹਨੂੰ ਸ਼ਹੀਦ ਕਹਿ ਦਿੰਦੇ ਸਨ। ਦੂਜੇ ਪਾਸੇ ਜਿਹੜੇ ਮਾਰਦੇ ਸਨ ਉਹਨਾਂ ਦੇ ਭੋਗ ਤੇ ਜਾ ਕੇ ਉਹਨਾਂ ਨੂੰ ਸ਼ਹੀਦ ਕਹਿ ਦਿੰਦੇ ਸਨ। ਆਹ ਤੁਹਾਨੂੰ ਸੁਣਾਉਂਦੇ ਹਾਂ ਰਣਜੀਤ ਸਿੰਘ ਬਿੱਟੂ ਕਿਵੇਂ ਮਾਹੌਲ ਗਰਮ ਕਰੀ ਬੈਠੇ ਨੇ ਰਾਜਨੀਤੀ ਦਾ, ਤੇ ਕੀ ਬਾਦਲ ਪਰਿਵਾਰਾਂ ਨੂੰ ਘਰੇ ਹੱਥੀ ਲੈ ਰਹੇ ਹਨ, ਤੇ ਕੀ ਸੁਖਬੀਰ ਸਿੰਘ ਬਾਦਲ ਦੇ ਬਾਰੇ ਬਿਆਨ ਕਰ ਰਹੇ ਹਨ। ਅੱਜ ਜਿਵੇਂ ਅਕਾਲੀ ਦਲ ਦੀ ਮੀਟਿੰਗ ਚੱਲ ਰਹੀ ਹੈ, ਮੈਂ ਦੇਖ ਰਿਹਾ ਸੀ, ਮੈਂ ਸਾਰਿਆਂ ਨੂੰ ਇਹ ਕਹਿਣਾ ਚਾਹੁੰਦਾ, ਖਾਸ ਤੌਰ ਸੁਖਬੀਰ ਸਿੰਘ ਬਾਦਲ ਜਿਹੜੇ ਪ੍ਰਧਾਨ ਨੇ, ਵੀ ਕਿਵੇਂ ਇਹ ਲੋਕ ਗੁੰਮਰਾਹ ਕਰ ਰਹੇ ਆ। ਇੱਕ ਪਾਸੇ ਤਾਂ ਇਹ ਚਾਰ ਦਿਨ ਪਹਿਲਾਂ GK ਸਾਹਿਬ ਨੂੰ ਇਹਨਾਂ ਨੇ ਜੁਆਇਨ ਕਰਾਇਆ, ਅਤੇ ਉੱਥੇ ਜੁਆਇਨ ਕਿਸ ਗੱਲ 'ਤੇ ਕਰ ਰਹੇ ਆ ਜਾਂ ਕਰਾ ਰਹੇ ਆ? ਬੰਦੀ ਸਿੱਖ, ਜਿਹਨੂੰ ਇਹ ਬੰਦੀ ਸਿੱਖ ਕਹਿੰਦੇ ਆ, ਚੋਰ ਡਾਕੂ, ਮੈਂ ਤਾਂ ਉਹਨਾਂ ਨੂੰ ਲੁਟੇਰੇ ਕਹਿਣਾ, ਅਤੇ ਉੱਥੇ ਹੀ ਜੁਆਇਨ ਕਰਾਉਣ ਤੋਂ ਸੁਖਬੀਰ ਸਿੰਘ ਬਾਦਲ ਤੋਂ ਪਹਿਲਾਂ ਇਹਨਾਂ ਦੇ ਜਿਹੜੇ 2 ਨੰਬਰ ਦੇ ਲੀਡਰ ਨੇ ਅਕਾਲੀ ਦਲ 'ਚ, 2 ਨੰਬਰ 'ਤੇ ਨੇ, ਭੁੰਦੜ ਸਾਹਿਬ, ਉਹ ਸੁਖਬੀਰ ਸਿੰਘ ਬਾਦਲ ਤੋਂ ਪਹਿਲਾਂ ਬੋਲਦੇ ਆ। ਆਹ ਸੁਣੋ ਕੀ ਬੋਲ ਰਹੇ ਆ, ਉਹ ਧਿਆਨ ਨਾਲ, ਮੈਂ ਵੀਡੀਓ ਵੀ ਪੋਸਟ ਕਰੂੰਗਾ ਇਹ, ਆਹ ਸੁਣੇ। ਰੋਜ਼ ਗੋਲੀ ਦਾ ਡਰ ਹੁੰਦਾ ਸੀ ਸਾਨੂੰ ਕਿ ਕਿਸ ਵੇਲੇ ਕੀ ਹੋ ਜਾਣਾ। ਸਾਰੇ ਲੀਡਰਾਂ 'ਤੇ ਗੋਲੀ ਚੱਲੀ ਵਾਰੀ ਵਾਰੀ, ਤੌਰਾ ਸਾਹਿਬ 'ਤੇ ਚੱਲੀ, ਤਲਵੰਡੀ ਸਾਹਿਬ 'ਤੇ ਚੱਲੀ, ਸੰਤ ਜੀ ਚਲੀ ਗਏ, ਬਾਦਲ ਸਾਹਿਬ ਅਸੀਂ ਬਚ ਗਏ, ਮੇਰੇ 'ਤੇ ਚੱਲੀ ਸੀ, ਬਾਦਲ ਸਾਹਿਬ ਦੀ ਕੁਦਰਤੀ ਉਧਰ ਚੱਲਣੀ ਸੀ, ਗਏ ਜੀ ਉੱਥੇ। ਇਸ ਕਰਕੇ ਉਹ ਜ਼ਮਾਨਾ ਵੀ ਦੇਖਿਆ, ਅੱਜ 'ਤੇ ਸਿਰਫ ਆਪਾਂ ਨੂੰ ਤੋੜ ਫੋੜ ਹੀ ਕਰਦੇ ਤਾਂ, ਅਤੇ ਤੋੜ ਫੋੜ 'ਚੋਂ ਇਹ ਗੱਲ ਸੁਣ ਲਓ, ਇਹ ਕਹਿ ਰਹੇ ਆ ਬਈ ਉਸ ਵੇਲੇ ਅਸੀਂ ਅੱਤਵਾਦੀਆਂ ਦੇ ਵੇਲੇ, ਜਦੋਂ ਦੀ ਰਾਜੂ ਆਣੇ ਉਹਨਾਂ ਦੀ ਗੱਲ ਕਰਦੇ ਆ ਜਾਂ ਹੋਰ ਅੱਤਵਾਦੀਆਂ ਦੀ ਗੱਲ ਕਰਦੇ ਆ, ਵੀ ਉਸ ਵੇਲੇ ਬਾਦਲ ਸਾਹਿਬ ਤਾਂ ਬਚ ਗਏ, ਕਿਉਂਕਿ ਬਾਦਲ ਸਾਹਿਬ ਤਾਂ ਸ਼ੈਤਾਨ ਸੀ, ਉਹਨਾਂ ਨੂੰ ਪਤਾ ਹੁੰਦਾ ਸੀ ਉਹ ਪ੍ਰੋਗਰਾਮ ਮਿਸ ਕਰ ਜਾਂਦੇ ਸੀ, ਜਾਂਦੇ ਨਹੀਂ ਸੀ, ਇਹਨਾਂ ਨੇ ਆਪ ਹੀ ਕਿਹਾ ਵੀ ਉਹ ਗਏ ਨਹੀਂ। ਭੁੰਦੜ ਸਾਹਿਬ ਕਹਿ ਰਹੇ ਮੇਰੇ 'ਤੇ ਗੋਲੀ ਚੱਲੀ, ਤੌੜਾ ਸਾਹਿਬ 'ਤੇ ਗੋਲੀ ਚੱਲੀ, ਉਦੋਂ ਬਾਅਦ ਜਿਹੜੇ ਸੰਤ ਲੌਂਗੋਵਾਲ ਸਾਹਿਬ ਦੀ ਗੱਲ ਕੀਤੀ, ਕਹਿੰਦੇ ਸੰਤ ਸਾਹਿਬ ਤਾਂ ਚਲੇ ਹੀ ਗਏ, ਤਲਵੰਡੀ ਸਾਹਿਬ 'ਤੇ ਗੋਲੀ ਚੱਲੀ, ਵੀ ਸਭ 'ਤੇ ਸਾਨੂੰ ਗੋਲੀਆਂ, ਸਾਨੂੰ ਡਰ ਹੁੰਦਾ ਸੀ ਉਦੋਂ ਮਾਰਨ ਦਾ, ਉਹ ਕੌਣ ਸੀ ਜੀ ਇਹ ਦੱਸਣ, ਕਲੀਅਰ ਕਰਨ। ਅੱਜ ਇਹ ਮੀਟਿੰਗ ਚੱਲ ਰਹੀ ਆ ਅਕਾਲੀ ਦਲ ਦੀ, ਸਤਿਕਾਰਯੋਗ ਮੀਡੀਆ ਸਾਰਾ, ਇਹ ਜਵਾਬ ਮੰਗੇ ਜਦੋਂ ਬਾਹਰ ਆਉਣਗੇ ਵੀ ਇਹ ਭੁੰਦੜ ਸਾਹਿਬ, ਕਿਉਂਕਿ ਅੱਜ ਵੀ ਨਾਲ ਬੈਠੇ ਨੇ ਕੁਰਸੀ 'ਤੇ। ਅਤੇ ਇੱਕ ਪਾਸੇ ਇਹ ਜੁਆਇਨਿੰਗ ਅਕਾਲੀ ਦਲ ਇਸ ਕਰਕੇ ਕਹਿ ਰਿਹਾ ਹੈ ਵੀ ਬੰਦੀ ਸਿੱਖ ਅੱਤਵਾਦੀ ਅਸੀਂ ਛਡਾਉਣੇ ਆ। ਮੇਰਾ ਕਹਿਣ ਦਾ ਮਤਲਬ, ਇਹ ਉਹ ਲੋਕ ਨੇ ਜਦੋਂ ਇਹ ਜੇ ਕਿਸੇ ਨੂੰ ਮਾਰਿਆ ਜਾਂਦਾ ਸੀ ਉਹਦੇ ਭੋਗ 'ਤੇ ਬਾਦਲ ਸਾਹਿਬ ਉਹਨੂੰ ਸ਼ਹੀਦ ਕਹਿ ਆਉਂਦੇ ਸੀ, ਉਦੋਂ ਅਗਲੇ ਦਿਨ ਜਿਹਨੇ ਮਾਰਿਆ ਹੁੰਦਾ ਸੀ ਉਹਦੇ ਭੋਗ 'ਤੇ ਜਾ ਕੇ ਉਹਨੂੰ ਸ਼ਹੀਦ ਕਹਿ ਆਉਂਦੇ ਸੀ। ਮੈਂ ਤੁਹਾਨੂੰ ਅੱਗੇ ਉਦਾਹਰਣ ਕਹੀ ਦਿੱਤੇ, ਭਾਈ ਸ਼ਮਿੰਦਰ ਸਿੰਘ ਉਹਨਾਂ ਦੇ ਹੋਰਾਂ ਦੇ, ਅੱਜ ਗੱਲ ਇਹ ਸਪਸ਼ਟ ਹੁੰਦੀ ਆ। ਹੁਣ ਲੋਕੋ ਇਹ ਇੰਨੇ ਬਹਿਰੂਪੀਏ ਆ, ਤੁਸੀਂ ਦੱਸੋ ਇਹਨਾਂ ਦਾ ਕਰੋਂਗੇ ਕੀ? ਇੱਥੇ ਆ ਕੇ ਕਹਿੰਦੇ ਆ ਜੀ ਇਹ, ਜਾਂ ਪਾਰਲੀਮੈਂਟ 'ਚ ਕਹਿੰਦੀ ਆ ਬੀਬੀ ਹਰਸਿਮਰਤ ਕੌਰ, ਅਸੀਂ ਸਿੱਖਾਂ ਦੀ ਲੜਾਈ ਲੜ ਰਹੇ ਹਾਂ ਜੀ, ਜਿਹੜੇ ਅੱਤਵਾਦੀਆਂ ਦੀ ਲੜਾਈ ਲੜ ਰਹੇ ਹਾਂ। ਆਹ ਦੇਖੋ ਸੁਖਬੀਰ ਸਿੰਘ ਬਾਦਲ ਦੇ ਨਾਲ ਬੈਠ ਕੇ ਇਹ ਗੱਲ ਸੁਖਬੀਰ ਸਿੰਘ ਨੂੰ ਦੱਸੀ ਜਾ ਰਹੀ ਆ, ਅਤੇ ਉਹ ਗੁੰਗਾ ਬਣ ਕੇ ਸੁਣ ਰਿਹਾ। ਅਤੇ ਕਿਉਂ? ਕਿਉਂਕਿ ਰਲਿਆ ਹੋਇਆ, ਸੋਚਦੇ ਆ ਵੀ ਲੋਕ ਯਾਰ, ਲੋਕ ਉਹ ਬਾਦਲ ਸਾਹਿਬ ਉਹ ਪੁਰਾਣੀਆਂ ਗੱਲਾਂ ਕਰਦੇ ਹੋ, ਤੁਸੀਂ ਲੋਕ ਸਭ ਸੁਣਦੇ ਆ, ਦੇਖਦੇ ਆ, ਹੁਣ ਤੁਸੀਂ ਕੀ ਬੋਲ ਕੇ ਆਏ ਹੋ? ਉਹ ਕਈ ਵਾਰ ਪਿਛਲੇ ਪਿੰਡ 'ਚ ਹੋਰ ਬੋਲੇ ਹੁੰਦੇ ਸੀ, ਅਗਲੇ ਪਿੰਡ 'ਚ ਕੁਛ ਹੋਰ ਬੋਲ ਦਿੰਦੇ ਸੀ, ਹੁਣ ਨਹੀਂ ਇਹ ਚੱਲਣਾ।
ਇਹ ਦੱਸਣਾ ਪਊ, ਸਾਫ ਦੱਸੋ ਵੀ ਤੁਸੀਂ ਅੱਤਵਾਦੀਆਂ ਦੇ ਨਾਲ ਹੋ ਜਾਂ ਅੱਤਵਾਦੀਆਂ ਦੇ ਜੋ ਇਹ ਕਹਿ ਰਹੇ ਆ ਉਹਨਾਂ ਤੁਸੀਂ ਡਰਦੇ ਸੀ, ਇਹ ਗੱਲ ਸਾਫ ਕਰੋ। ਕੌਂਕੇ ਸਾਹਿਬ ਦੀ ਇੱਕ ਵਾਰ ਵੀ ਤੁਸੀਂ ਗੱਲ ਕੀਤੀ, 15 ਸਾਲ ਤੁਸੀਂ ਮੁੱਖ ਮੰਤਰੀ ਰਹੇ, ਦੱਬ ਕੇ ਰੱਖੀ ਉਹਨਾਂ ਦੀ ਫਾਈਲ ਆ ਜਿਹੜੀ, ਕਿਉਂਕਿ ਸੱਚ ਆ ਭੁੰਦਰ ਸਾਹਿਬ ਬੋਲ ਰਹੇ ਆ।